ਸੱਤ ਸਮੁੰਦਰ ਨੂੰ ਪਾਰ ਵਾਸਤੇ ਬੰਦੇ ਤੋਂ ਮੈਂ ਪੁੱਛਿਆ ਵੀ ਤੁਸੀਂ ਜੋ ਇਤਨੇ ਅਰਸੇ ਤੂਰਦੇ ਹੋ ਤੇ ਉੱਥੇ ਉਸ ਸਾਈਡ ਪਾਓ ਤਾਂ ਕੀ ਕਰਦੇ ਹੋ? ਠੱਡਾ ਸਾਹਿਬ ਵਰ ਗਿਆ ਦਾ ਹੈ ਕਿ ਉਦਾਸ ਹੋਵਾਂ ਤਾਂ ਕੱਲਾ ਬਹਿ ਕੇ ਹਿਜਰ ਦੇ ਕੁੱਠਿਆਂ ਦੇ ਰੋਗ ਸੁਣਨਾ। ਬਿਸਮਿਲਾ ਜੀ, ਸਦਾ ਸਲਾਮਤ ਰਹੋ ਜੀ। ਬਿਸਮਿਲਾ ਮੌਲਾਈ ਸਾਹਿਬ ਜਟਿਆਣਾ ਸਾਹਿਬ। ਉਦਾਸ ਹੋਵਾਂ ਤਾਂ ਕੱਲਾ ਬਹਿ ਕੇ ਆਸਿਮ ਬਾਈ ਹਿਜਰ ਦੇ ਕੁੱਠਿਆਂ ਦੇ ਰੋਗ ਸੁਣਨਾ। ਮੈਂ ਲੂਣੇ ਵਾਲੇ ਨੂੰ ਲਾ ਕੇ ਅਕਸਰ ਨਿਮਾਣੀ ਸੱਸੀ ਦੇ ਸੋਗ ਸੁਣਨਾ। ਮੈਂ ਲੂਣੇ ਵਾਲੇ ਨੂੰ ਲਾ ਕੇ ਅਕਸਰ ਨਿਮਾਣੀ ਸੱਸੀ ਦੇ ਸੋਗ ਸੁਣਨਾ। ਕਦੀ ਮੈਂ ਲਿੱਟੀ ਦੀ ਪੈਰਵੀ ਚੂੰ ਬੁਗਿੰਦੇ ਗੁਰਬਤ ਦੇ ਭੋਗ ਸੁਣਨਾ। ਕਦੀ ਮੈਂ ਲਿੱਟੀ ਦੀ ਪੈਰਵੀ ਚੂੰ ਬੁਗਿੰਦੇ ਗੁਰਬਤ ਦੇ ਭੋਗ ਸੁਣਨਾ। ਕਦੀ ਮਲੰਗੀ ਦੀ ਭੀਮ ਸੁਣਨਾ, ਕਦੀ ਮੈਂ ਤਾਲਬ ਦੀ ਜੋਗ ਸੁਣਨਾ। ਕਦੀ ਮਲੰਗੀ ਦੀ ਭੀਮ ਸੁਣਨਾ, ਕਦੀ ਮੈਂ ਤਾਲਬ ਦੀ ਜੋਗ ਸੁਣਨਾ। ਪਰਾਇਆਂ ਦੇਸਾਂ ਦਾ ਵਾਸੀ ਹੋ ਕੇ ਵੀ ਆਪਣੀ ਵੱਸੋਂ ਦਾ ਹਾਂ ਪੁਜਾਰੀ, ਮੈਂ ਸੱਤ ਸਮੁੰਦਰਾਂ ਤੂੰ ਪਾਰ ਰਹਿ ਕੇ ਵੀ ਯਾਦ ਵਤਨਾਂ ਦੀ ਨਹੀਂ ਵਿਸਾਰੀ। ਬਹੁਤ ਸ਼ੁਕਰੀਆ। ਮੈਂ ਸੱਤ ਸਮੁੰਦਰਾਂ ਤੂੰ ਪਾਰ ਰਹਿ ਕੇ ਵੀ ਯਾਦ ਵਸੋਂ ਦੀ ਨਹੀਂ ਵਿਸਾਰੀ। ਇਹ ਸਪੈਸ਼ਲ ਸ਼ੇਰ ਆਪਣੇ ਵੀਰ ਹਮਦਰਦ ਸਾਹਿਬ ਵਾਸਤੇ, ਤੇ ਜਿਸ ਸ਼ਾਇਰ ਨੂੰ ਮੈਂ ਸਟੇਜ ਤੇ ਦਾਵਤ ਦੇਵਣ ਵਾਲਾ, ਆਪਣੀ ਧਰਤੀ ਦੇ ਆਪਣੇ ਲਫ਼ਜ਼ਾਂ ਦੇ ਤਰਜਮਾਨ ਭਾਈ ਮੁਖਤਾਰ ਖਾਨ ਕਿਤੇ ਗਏ ਵਧੇ ਨਾ? ਅੱਛਾ ਠੀਕ ਹੋ ਗਿਆ ਜੀ। ਤੇ ਬੇੜੀਆਂ ਤੁਹਾਡੇ ਸਾਹਮਣੇ ਪਈਆਂ ਨੇ, ਬੇੜੀਆਂ ਦੇ ਜਿਹੜੇ ਦੋਸਤ ਆਵਾਬ ਇੰਤਜ਼ਾਰ ਕਰ ਰਹੇ ਨੇ ਸਾਡੇ ਕੋਲ, ਬਿਲਕੁਲ ਮੁਖਤਸਰ ਜਿਹਾ ਸਟਾਕ ਹੀ ਨੇ। ਨਹੀਂ ਨਹੀਂ ਬੇੜੀਆਂ ਦੂਰੀਆਂ ਸਮਝੀਏ, ਬਾਹਰ ਫੜਾਉਣ ਵਾਲੀਆਂ ਬੇੜੀਆਂ। ਮਾਨ ਅਲਤਾਫ ਪਰਵਾਣਾ ਸਾਹਿਬ ਅੱਜ ਆਉਂਕੇ ਜਿਵੇਂ ਕਾਸਮ ਸ਼ਾਹ ਆਖਿਆ ਵੀ ਖੁਦ ਜਨਾਬਾਂ ਪਿਛਾਂ ਪਿਛਾਂ ਹਨ, ਅੱਜ ਉਹ ਇੰਜੋਏ ਕਰ ਰਹੇ ਹਨ ਮਜਮੇ 'ਚ ਪਾ ਕੇ। ਇਹ ਉਹਨਾਂ ਦੀ ਮੁਹੱਬਤ ਹੈ। ਲਿਖਣ ਦੀ ਇੱਕ ਗੱਲ ਕੀਤੀ ਹੈ ਭਾਈ ਦਰਾਜ਼, ਦੇਖ ਦੋੜਾ ਮੇਰਾ ਦਿਲ ਬਣ ਗਿਆ ਤੁਹਾਨੂੰ ਸੁਣਾਈ ਕਿ ਜਿਹੜੀ ਬਾਬਾ ਜੀ ਇਹ ਤੁਹਾਡੇ ਵੇਲੇ ਦਾ ਦੌੜਾ, ਮੈਂ ਤਾਂ ਤੁਹਾਨੂੰ ਮੁਖਾਤਿਬ ਪਿਆ ਕਰਨਾ ਤੁਹਾਡੇ ਸਾਡੇ ਵੇਲੇ ਦਾ, ਜਿਹੜੀ ਕਲਮ ਦੇ ਨਾਲ ਮੈਂ ਖਤ ਲਿਖਿਆ ਹੈ ਦੱਸਾਂ ਇਸ ਤੋਂ ਵੱਧ ਕਮਲੇ ਕੇ, ਜਿਹੜੀ ਕਲਮ ਦੇ ਨਾਲ ਮੈਂ ਖਤ ਲਿਖਿਆ ਹੈ ਦੱਸਾਂ ਇਸ ਤੋਂ ਵੱਧ ਕਮਲੇ ਕੇ, ਇਹਦੀ ਨੋਕ ਨੂੰ ਰੱਖਿਆ ਹੈ ਕੁਝ ਅਰਸਾ ਮੈਂ ਜਿਗਰ ਦੀ ਰਾਤ 'ਚ ਪੇ ਕੇ, ਇਹਦੀ ਨੋਕ ਨੂੰ ਰੱਖਿਆ ਹੈ ਕੁਝ ਅਰਸਾ ਮੈਂ ਜਿਗਰ ਦੀ ਰਾਤ 'ਚ ਪੇ ਕੇ, ਤੇ ਪਤਾ ਲਿਖਿਆ ਹੈ ਖਤ ਦੀ ਵਾਪਸੀ ਦਾ। ਜਿਹੜੇ ਬੰਦੇ ਖਤ ਲਿਖਦੇ ਆਏ ਤਵੱਜੋ ਕਰਿਆ ਹੈ, ਪਤਾ ਲਿਖਿਆ ਹੈ ਖਤ ਦੀ ਵਾਪਸੀ ਦਾ। ਜਿਹੜੀ ਥਾਰ ਤੇ ਹਾਸ਼ੀਆ ਦੇ ਕੇ ਉਹ ਆ ਕੇ ਬਸੱਤਰ ਮਿਟਾ ਬੈਠਾ ਹੰਝੂ ਨਾਲ ਲਿਫਾਫਾ ਸੇਕੇ, ਉਹ ਆ ਕੇ ਬਸੱਤਰ ਮਿਟਾ ਬੈਠਾ ਹੰਝੂ ਨਾਲ ਲਿਫਾਫਾ ਸੇਕੇ। ਜਿਹੜੇ ਸੱਤ ਸਮੁੰਦਰ ਪਾਰ ਵਸਦੇ ਨੇ ਆਪਣੀ ਧਰਤੀ ਨਾਲ ਆਪਣੇ ਵਸੇਬ ਨਾਲ ਉਹਨਾਂ ਦੀ ਜੁੜਾ, ਉਹਨਾਂ ਦੇ ਲਫ਼ਜ਼ਾਂ 'ਚ ਉਹਨਾਂ ਦੇ ਰਾਈਏ, ਤੇ ਲੱਖ ਸਾਹਿਬ ਕੱਲੂ ਸਾਹਿਬ ਮੁਸੱਦਸ ਚੌਕੇ ਉਹਨਾਂ ਪੜ੍ਹੀਏ ਤੇ ਮੁਸੱਦਸ ਦਾ ਇਹ ਮੇਰਾ ਹੀ ਦਿਲ ਬਣ ਗਿਆ ਹੈ। ਭਾਈ ਅਜ਼ਹਰ ਅਬਾਸ ਮਿੱਠੂ ਸਾਹਿਬ ਕਿਤੇ ਤਸ਼ਰੀਫ਼ ਰੱਖਦੇ ਨੇ, ਭਾਈਜਾਨ ਸਲੀਮ ਆਰਿਫ ਸਾਹਿਬ, ਸੱਤ ਸਮੁੰਦਰ ਪਾਰ ਵਸਦੇ ਬੰਦੇ ਤੋਂ ਮੈਂ ਪੁੱਛਿਆ ਉੱਥੇ ਤੁਸੀਂ ਉਸ ਸਾਈਡ ਪਾਓ ਤਾਂ ਕੀ ਕਰਦੇ ਹੋ? ਖਿੱਚੀ ਸਾਹਿਬ